ਹੇ ਗਾਇਸ, ਅੱਜ ਤਾਂ ਜੇੜੀ ਨੇ ਤਾਂ ਮੇਰੇ ਤੋਂ ਪਹਿਲਾਂ ਰੈਡੀ ਹੋ ਗਿਆ। ਮੈਂ ਤਾਂ ਹਲੇ ਘਰੇ ਕੱਪੜਿਆਂ 'ਚ ਫਿਰਦੀ ਸੀਗੀ। ਅੱਜ ਆਪਾਂ ਨਾ ਬਹੁਤ ਘੈਂਟ ਜੇੜੀ ਦੀ ਗਰਦਨ ਤੇ ਕਿਤੇ ਕਿਉਂਕਿ ਸਪਰੇਅ ਲਾਉਣੀ ਹੈ। ਅੱਜ ਆਪਾਂ ਬਹੁਤ ਘੈਂਟ ਰੈਸਟੋਰੈਂਟ ਚੱਲੇ, ਐਡਮਿੰਟਨ ਬਹੁਤ ਘੈਂਟ ਰੈਸਟੋਰੈਂਟ ਆ। ਵਾਈ ਬਹੁਤ ਘੈਂਟ ਆ, ਵਾਈਬ ਹੈ, ਵਾਈਬ ਹੈ, ਵਾਈਬ ਹੈ ਜਿਹੜੀ, ਮੈਨੂੰ ਪਤਾ ਨਹੀਂ ਕਦੋਂ ਇਹਨਾਂ ਦਿਮਾਗ 'ਤੇ ਚੜ ਗਿਆ ਗਾਣਾ। ਅਤੇ ਫਿਰ ਜੇੜੀ ਦਾ ਹੋ ਗਿਆ ਰੈਡੀ, ਜਿਹੜੀ ਪੂਰਾ ਐਕਸਾਈਟਿਡ ਆ ਉੱਥੇ ਜਾਣ ਨੂੰ। ਤੁਹਾਨੂੰ ਨਾਮ ਰੈਸਟੋਰੈਂਟ ਦਾ ਨਾ ਜਾ ਕੇ ਦੱਸਾਂਗੇ। ਬਾਹਲਾ ਘੈਂਟ ਆ, ਹੈ ਨਾ? ਹਾਂ, ਪੂਰਾ ਘੈਂਟ ਮਾਹੌਲ ਆ। ਤੇ ਮੈਂ ਵੀ ਹੁਣ ਰੈਡੀ ਹੋ ਜਾ। ਵਾਈਬ 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 ਜਿਹੜੀ ਵਾਈਬ ਭਾਲਦੇ ਆ ਨਾ ਆਪਾਂ, ਉਹ ਵਾਈਬ, ਉਹ ਵਾਈਬ ਆ। ਮੈਂ ਜੂੜਾ ਜੜਾ ਜੂੜਾ ਨਾ ਕਰਕੇ ਜਾਵਾਂ, ਹਨਾ? ਤਾਂ ਕੱਪੜੇ ਚੇਂਜ ਕਰ ਲਾ, ਸੋਹਣੇ ਜਿਹੇ ਕੱਪੜੇ ਪਾਉਂਦੇ ਆ ਆਪਾਂ। ਤੇ ਜੇੜੀ ਨੇ ਜਿਵੇਂ ਪਾਏ ਨਾ ਪੇਸਟਲ ਦੇ ਕਲਰ, ਜਿਵੇਂ ਜੇੜੀ ਨੇ ਪਾਤਾ ਕਰੀਮ ਜਿਹਾ ਕਲਰ, ਫਿੱਕਾ ਫਿੱਕਾ ਜਿਹਾ, ਮੈਂ ਵੀ ਕੁਛ ਫਿੱਕਾ ਪਾਵਾਂਗੇ, ਭੜਕੀਲਾ ਪਾਵਾਂ, ਭੜਕੀਲਾ ਕੇ ਫਿੱਕਾ ਜਿਹੜਾ ਮਰਜ਼ੀ ਪਾ ਲਾ ਤੇਰੇ ਤੋਂ। ਠੰਡ ਦਾ ਕੀ ਚੱਕਰ? ਮੈਂ ਮੈਨੂੰ ਠੰਡ ਲੱਗ ਰਹੀ, ਸ਼ਨੈਲ ਕਹਿੰਦੀ ਮੈਂ ਲਾਈਟ ਬੰਦ ਕਰ ਦੇਣੀ। ਨਹੀਂ, ਲਾਈਟ ਚਲਾ ਲਾ ਪੁੱਤ, ਆਪਾਂ ਮੇਕਅਪ ਕਰ ਲਈਏ ਤੇ ਫਿਰ ਮੰਮਾ ਨੇ ਜਾਣਾ। ਅਸੀਂ ਅੱਜ ਜਾਣਾ ਸੀਗਾ, ਤੁਹਾਨੂੰ ਦੱਸਿਆ ਸੀਗਾ ਰੈਸਟੋਰੈਂਟ, ਸੋ ਉਹਦੇ ਲਈ ਮੈਂ ਰੈਡੀ ਹੋ ਜਾਵਾਂ, ਸੋਹਣਾ ਜਿਹਾ ਮੇਕਅਪ ਕਰ ਲਈਏ ਤੇ ਕਲਰ ਪਾ ਲਈਏ। ਬਾਏ ਗਾਇਸ, ਆਪਾਂ ਹੁਣ ਰੈਡੀ ਹੋ ਗਏ। ਬਾਏ ਕਰ ਦੋ ਮੰਮੀ, ਅੱਜ ਅਸੀਂ ਬੈਚਲਰ ਪਾਰਟੀ, ਅਸੀਂ ਕੀ ਕਹਿੰਦੇ ਹਾਂ, ਕੁਆਰੇ ਛੁਆਰੇ ਬਣ ਕੇ ਚੱਲੇ। ਬਾਏ 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 ਡੈਡੀ ਕਹਿੰਦੇ ਕੁਆਰੇ ਬਣ ਕੇ ਜਾਂਦੇ ਆ। ਲਿਪਸਟਿਕ ਲੱਗੀ, ਹਾਂ ਡਿਊਟੀ ਲੱਗ ਗਈ ਫੇਰ ਅੱਜ ਮੇਰੀ ਵੀਡੀਓ ਬਣਾਉਣ ਨੂੰ। ਚੱਲ ਆ ਜਾ, ਆਇਆ ਚੱਲੀ, ਚੱਲ ਆ ਜਾ ਵੀ ਹਰਮਨ, ਅੱਜ ਮੈਂ ਹੀ ਚਲਾਉਣਾ ਕੈਮਰਾ, ਦੇਖੀ ਜਾਈ ਨੂੰ ਸਾਰਾ ਮੈਂ ਆਪਦੇ ਤੇ ਰੱਖਣਾ ਮੈਂ। ਚੱਲੀਏ, ਬਾਰੀ ਦੁਬਾਰਾ ਲਾਓ ਜੀ। ਆ ਜਾ, ਆ ਜਾ ਪਿੱਛੋਂ ਦੀ, ਪਵਨ ਦੀ ਵੀ ਮਾਲਾ ਮੂਲਾ ਪਾਈ ਆਉਂਦੇ ਆ। ਹੈ, ਹੈਲੋ, ਚਲੋ ਸਪੈਸ਼ਲ ਬੰਦੇ ਜਿਨ੍ਹਾਂ ਨੂੰ ਆਪਾਂ ਸਪਾਂਸਰ ਕੀਤਾ, ਉਹ ਦੋ ਜਣੇ ਆ, ਉਠਾ ਲਿਆ ਗੱਡੀ ਦੇ ਵਿੱਚ। ਇਹ ਸਾਡੀ ਅੱਜ ਬਹੁਤ ਵੱਡੀ ਮੀਟਿੰਗ ਚੱਲਣੀ ਹੈ, ਇੱਕ ਤੇ ਬਿਜ਼ਨਸ ਮੀਟਿੰਗ ਹੈ ਰੀਅਲੀ। ਹਾਂ, ਤੇ ਆਪਾਂ ਜਾ ਰਹੇ ਹਾਂ, ਅੱਜ ਤੁਹਾਨੂੰ ਦੱਸ ਹੀ ਦਿੱਤਾ ਸੀ ਆਲਰੇਡੀ ਨੇਮ, ਤੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ। ਪਹਿਲਾਂ ਹੀ ਆਪਾਂ ਤਾਂ ਬਹੁਤ ਜ਼ਿਆਦਾ ਉਹ ਕਰਤਾ, ਜਿਹੜੀ ਲੇਟ ਕਰ ਲਿਆ ਗਿਆ। ਹਾਂ, ਲੇਟ ਆਪਾਂ ਪੂਰੇ 8 ਵਜੇ ਗਏ, 7:50 ਹੋ ਗਿਆ, 8 ਵਜੇ ਨਾਲ। ਨਾ ਬਹੁਤ ਠੀਕ ਆ, ਵਧੀਆ ਟਾਈਮ ਆ, ਵਧੀਆ ਟਾਈਮ ਆ। ਵੈਸੇ ਨਾ ਆਪਣਾ ਜਿਹੜਾ ਉੱਥੇ ਮਾਹੌਲ ਆ, ਮੈਨੂੰ ਲੱਗਦਾ ਸ਼ਾਮ ਦਾ ਹੀ ਆ, ਇਦਾਂ ਹੀ ਆ, ਵਧੀਆ ਹੀ ਟਾਈਮ ਹੁੰਦਾ। ਹਾਂਜੀ, ਭੁੱਖ ਜੀ ਲੱਗ ਗਈ ਨਾ, ਬਹੁਤ ਵਧੀਆ। ਹੁਣ ਤਾਂ ਕਹਿੰਦੇ ਨਾ ਵੀ ਐਡਮਿੰਟਨ 'ਚ ਵੀ ਕਾਫੀ ਟ੍ਰੈਫਿਕ ਹੋਣ ਲੱਗ ਗਿਆ, ਇਹ ਤਾਂ ਚਲੋ ਕੁਛ ਵੀ ਨਹੀਂ, ਪਰ ਉੱਧਰ ਨਾ ਬਹੁਤ ਜ਼ਿਆਦਾ ਟ੍ਰੈਫਿਕ ਹੋਣ ਲੱਗ ਗਿਆ। ਜਦੋਂ ਆਪਾਂ ਲੈਫਟ ਟਰਨ ਕਰਨਾ ਹੁੰਦਾ ਨਾ, ਦੂਜੀ ਤੀਜੀ ਵਾਰ ਨੂੰ ਬਾਰੀ ਆਉਂਦੀ ਆ, ਬਹੁਤ ਜ਼ਿਆਦਾ ਪਬਲਿਕ ਮੂਵ ਹੋਈ ਜਾਂਦੀ ਆ। ਅਤੇ ਗਾਇਜ਼, ਇੱਥੇ ਆਪਾਂ ਆ ਗਏ ਆਹ ਵਾਲੇ ਪਲਾਜ਼ੇ ਦੇ ਵਿੱਚ, ਇਹ 50 ਵਾਲਾ ਪਲਾਜ਼ਾ ਆ। ਮੈਂ ਐਡਰੈਸ ਮੈਂਸ਼ਨ ਕਰ ਦੂੰਗੀ ਜਦੋਂ ਤੁਸੀਂ ਵੀ ਆਉਣਾ ਆ। ਅਤੇ ਇਹਦਾ ਨੇਮ ਹੈਗਾ ਜੀ ਐਕਸਕਿਊਜ਼ੇ ਮੋਆ ਪਲਾਜ਼ੇ 'ਚੋਂ ਹੈ। ਹਰਮਨ, ਮਿਲਾਂ ਤਾਂ ਮਾਰ ਰਹੀਆਂ ਪੂਰੀਆਂ, ਪਤਾ ਨਹੀਂ ਕਿਵੇਂ ਮੇਰੇ ਹੈਂਡਸ ਨੂੰ ਨਾ ਮੇਬੀ ਲਿਪਸਟਿਕ ਸਟੇਨ ਜਿਹਾ ਲੱਗਿਆ ਸੀ, ਉਹ ਮੈਂ ਆਪਣੀ ਵਾਈਟ ਪੈਂਟ 'ਤੇ ਲਗਾ ਲਿਆ ਥੋੜ੍ਹਾ ਜਿਹਾ, ਬਿਲਕੁਲ ਵੈਸੇ ਪਤਾ ਵੀ ਨਹੀਂ ਲੱਗਦਾ। ਵਾਈਟ ਕੱਪੜਿਆਂ ਨੂੰ ਸੰਭਾਲਣਾ ਬਹੁਤ ਹੀ ਔਖਾ ਲੱਗਦਾ ਮੈਨੂੰ ਤਾਂ। ਹੁਣ ਅਸੀਂ ਅੰਦਰ ਜਾਂਦੇ ਹਾਂ, ਥੋੜ੍ਹੀ ਜਿਹੀ ਪ੍ਰਮੋਸ਼ਨ ਕਰਦੇ ਹਾਂ ਨਾਲ ਨਾਲ। ਤੁਹਾਨੂੰ ਪਤਾ ਹੀ ਆ ਵੀ ਆਪਣਾ ਪਹਿਲਾ ਕੰਮ ਹੋਇਆ, ਥੋੜ੍ਹੀਆਂ ਜਿਹੀਆਂ ਰੀਲਸ ਬਣਾ ਲਓ, ਵੀਡੀਓਜ਼ ਬਣਾ ਲਓ। ਪਹਿਲਾਂ ਅਸੀਂ ਸਭ ਤੋਂ ਪਹਿਲਾਂ ਐਂਟਰ ਹੋਣ ਤੋਂ ਪਹਿਲਾਂ ਥੋੜ੍ਹੀਆਂ ਜਿਹੀਆਂ ਵੀਡੀਓਜ਼ ਬਣਾ ਲਈਆਂ, ਉਹ ਆਪਾਂ ਹੌਲੀ ਹੌਲੀ ਪੋਸਟ ਕਰਾਂਗੇ। ਆਹ ਐਡਰੈਸ ਨੋਟ ਡਾਊਨ ਕਰ ਲਓ, ਉੱਪਰ ਜਿਹੜਾ ਲਿਖਿਆ ਹੋਇਆ ਸੀਗਾ। ਅੰਦਰ ਬਹੁਤ ਘੈਂਟ ਵਾਈਬ ਆ ਗਾਇਸ, ਤੁਸੀਂ ਬਲੀਵ ਨਹੀਂ ਕਰ ਸਕਦੇ।
ਸਭ ਤੋਂ ਪਹਿਲਾਂ ਆਪਾਂ ਆਰਡਰ ਕੀਤਾ ਮਹੀਤੋ, ਬਹੁਤ ਜ਼ਿਆਦਾ ਸਵਾਦ ਸੀਗਾ, ਬਹੁਤ ਜ਼ਿਆਦਾ। ਸੋ ਗਾਇਸ, ਆਪਾਂ ਆ ਗਏ ਸੀਗੇ, ਸੋ ਆਪਣਾ ਵੀ ਫਸਟ ਟਾਈਮ ਹੈਗਾ, ਅਤੇ ਮੈਂ ਆਰਡਰ ਕੀਤਾ ਸੀ ਮਹੀਤੋ, ਅਤੇ ਇਹਦੇ ਵਿੱਚ ਮੈਂ ਕੋਈ ਅਲਕੋਹਲ ਨਹੀਂ ਪਵਾਈ, ਨੋਨ ਅਲਕੋਹਲਿਕ ਹੈਗਾ। ਇਹਦੇ ਵਿੱਚ ਮੈਂ ਐਡ ਕੀਤਾ ਜਿੰਜਰ ਏਲ, ਲੈਮਨ ਐਂਡ ਮਿੰਟ, ਬਹੁਤ ਜ਼ਿਆਦਾ ਸਵਾਦ ਆ, ਅਤੇ ਥੋੜ੍ਹੀ ਜਿਹੀ ਆਈਸ, ਬਹੁਤ ਜ਼ਿਆਦਾ ਸਵਾਦ ਆ। ਐਂਡ ਇੱਦਾਂ ਦਾ ਸੇਮ ਮੈਂ ਮੰਗਵਾਇਆ ਸੀ ਪਵਨਦੀਪ ਦੇ ਲਈ। ਐਂਡ ਹਰਪ੍ਰੀਤ ਵੀਰ ਜੀ ਐਜ਼ ਯੂਜੁਅਲ ਪੀਣਗੇ ਬੀਅਰ, ਅਤੇ ਇਹਦੇ ਵਿੱਚ ਵੀ ਆਈ ਥਿੰਕ ਇਹਨਾਂ ਨੇ ਲੈਮਨ ਐਡ ਕੀਤਾ। ਸੋ ਤੁਸੀਂ ਇੱਥੇ ਬਹੁਤ ਤਰ੍ਹਾਂ ਦੀਆਂ, ਮਤਲਬ ਬੀਅਰ ਹੋ ਗਈਆਂ, ਵੇਪ ਹੋ ਗਏ, ਸੋ ਕਾਫੀ ਤਰ੍ਹਾਂ ਦੇ ਇਹਨਾਂ ਕੋਲ ਪੈਗ ਹੋ ਗਏ, ਕਾਫੀ ਕੁਛ ਕਰਵਾ ਸਕਦੇ ਹੋ, ਜੋ ਕਸਟਮਾਈਜ਼ ਫੂਡ ਵੀ ਬਹੁਤ ਵਧੀਆ ਵਾ, ਫੂਡ ਵੀ ਬਹੁਤ ਵਧੀਆ, ਅਤੇ ਫੂਡ ਆਪਣਾ ਆਰਡਰ ਕੀਤਾ ਹੈ, ਜਦੋਂ ਆ ਗਏ ਉਹ ਵੀ ਤੁਹਾਨੂੰ ਦਿਖਾਵਾਂਗੇ। ਸੋ ਅਗਰ ਤੁਸੀਂ ਐਡਮਿੰਟਨ ਦੇ ਵਿੱਚ ਹੈਗੇ ਹੋ ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ, ਅਗਰ ਤੁਸੀਂ ਸ਼ੌਕੀਨ ਹੈਗੇ ਹੋ ਬਾਹਰ ਦੇ, ਹੈ ਨਾ, ਥੋੜ੍ਹਾ ਜਿਹਾ ਡਾਂਸ ਫਲੋਰ ਵੀ ਹੈਗਾ ਇੱਥੇ, ਸੋ ਮਤਲਬ ਤੁਸੀਂ ਅਗਰ ਚਿੱਲ ਆਊਟ ਕਰਨਾ, ਵਾਈਬ ਬਣਾਉਣੀ ਆ ਪੂਰੀ, ਤਾਂ ਤੁਸੀਂ ਜ਼ਰੂਰ ਆਓ। ਮੈਨੂੰ ਲੱਗਦਾ ਆਪਣੀ ਫੈਮਿਲੀ ਦੇ ਨਾਲ ਤਾਂ ਮੈਨੂੰ ਪਤਾ ਨਹੀਂ ਤੁਸੀਂ ਆ ਸਕਦੇ, ਆਪਣੇ ਫਰੈਂਡਸ ਨਾਲ ਜ਼ਰੂਰ ਚਿੱਲ ਕਰ ਸਕਦੇ ਹੋ। ਐਂਡ ਬਹੁਤ ਸੋਹਣਾ ਇੱਥੇ ਸਾਰਾ ਸਿਸਟਮ ਹੈਗਾ। ਬਾਕੀ ਹੁਣ ਅਸੀਂ ਫੂਡ ਤੁਹਾਨੂੰ ਰਿਵਿਊ ਤੁਹਾਨੂੰ ਦੱਸਾਂਗੇ, ਓਨੈਸਟ ਰਿਵਿਊ, ਜਦੋਂ ਫੂਡ ਆ ਗਿਆ। ਆਹ ਤਾਂ ਬਹੁਤ ਵਧੀਆ ਸੀ ਡਰਿੰਕ, ਜਦੋਂ ਫੂਡ ਆ ਗਿਆ ਉਹਦਾ ਰਿਵਿਊ ਦੱਸਾਂਗੇ, ਅਤੇ ਤੁਸੀਂ ਜ਼ਰੂਰ ਆਇਓ ਜੀ। ਬਈ ਫੂਡ ਆ ਗਿਆ, ਫੂਡ ਦੀ ਪ੍ਰੈਜੈਂਟੇਸ਼ਨ ਬਹੁਤ ਜ਼ਿਆਦਾ ਸੋਹਣੀ ਆ, ਸਾਰੀਆਂ ਚੀਜ਼ਾਂ ਕੀ ਨੇ, ਇਹ ਫਰਾਈਜ਼ ਹੈਗੀਆਂ ਨੇ, ਆਹ ਡਿਫਰੈਂਟ ਤਰ੍ਹਾਂ ਦੀਆਂ, ਇਹਨਾਂ ਕੋਲ ਵਿੰਗਸ ਹੁੰਦੀਆਂ ਨੇ, ਸੋ ਪੈਗ ਨਾਲ ਓਬਵੀਅਸਲੀ ਤੁਹਾਨੂੰ ਪਤਾ ਹੀ ਆ, ਹੈ ਨਾ। ਅਤੇ ਆਹ ਕੀ ਚੀਜ਼ ਮੰਗਵਾਈ ਸੀ, ਉਹ ਚੀਜ਼ ਮੈਲਟ ਸਮਥਿੰਗ, ਹੈ ਨਾ, ਇਹ ਵੀ ਬਹੁਤ ਘੈਂਟ ਚੀਜ਼ ਲੱਗ ਰਹੀ ਹੈ, ਹੈ ਨਾ। ਸੋ ਫਿਲਹਾਲ ਆਪਾਂ ਐਪੀਟਾਈਜ਼ਰ ਔਡਰ ਕੀਤੇ, ਆਪਾਂ ਇਹ ਖਾਂਦੇ ਹਾਂ। ਪੈਗ ਦੇ ਨਾਲ ਲਾਉਣ ਨੂੰ ਜਿਹੜੀਆਂ ਚਿਕਨ ਵਾਲੀਆਂ ਆਈਟਮਸ ਨੇ, ਉਹ ਤਾਂ ਇਹਨਾਂ ਕੋਲ ਕਾਫੀ ਜ਼ਿਆਦਾ ਹੈਗੀਆਂ ਨੇ, ਅਤੇ ਨਾਲ ਆਹ ਦੇਖੋ ਫਰਾਈਜ਼, ਸਪਾਇਰਲ ਜਿਹੀਆਂ ਫਰਾਈਜ਼ ਹੈਗੀਆਂ ਨੇ, ਅਤੇ ਨਾਲ ਸਪਰਿੰਗ ਰੋਲ ਸੀ, ਇਹ ਵੀ ਚਿਕਨ ਵਾਲੇ ਸੀਗੇ। ਅਤੇ ਆਹ ਮੈਂ ਵੈਜੀਟੇਰੀਅਨ ਪਾਸਤਾ ਔਡਰ ਕੀਤਾ ਸੀ, ਚਲੋ ਆਪਣੇ ਦੇ ਲਈ ਇਹਦੇ ਵਿੱਚ ਚੀਜ਼ ਪਾਇਆ ਹੋਇਆ ਸੀਗਾ, ਅਤੇ ਅਗੇਨ ਜਿਹੜੀ ਉਹਨਾਂ ਨੇ ਆਹ ਮੈਡੀਟੇਰੀਅਨ ਡਿਲਾਈਟ ਜਿਹਨੂੰ ਕਹਿੰਦੇ ਆ, ਇਹ ਵਾਲਾ ਇਹਨਾਂ ਦਾ ਸਿਗਨੇਚਰ ਡਿਸ਼ ਸੀਗੀ, ਰਾਈਸ ਸੀਗੇ ਨਾਲ ਚਿਕਨ ਸੀ, ਉਹ ਔਡਰ ਕੀਤਾ ਸੀਗਾ। ਫਿਰ ਡਿਜ਼ਰਟ ਦੇ ਵਿੱਚ ਮੈਂ ਆਹ ਵਾਲੀਆਂ ਟਰਫਲ ਫਰਾਈਜ਼ ਔਡਰ ਕੀਤੀਆਂ ਸੀ, ਨਾਲ ਚੋਕਲੇਟ ਡਿਪ ਸੀਗੀ, ਪਲੱਸ ਐਂਡ 'ਤੇ ਅਸੀਂ ਔਡਰ ਕੀਤਾ ਸੀ ਇਹ ਵਾਲਾ ਕੇਕ, ਇਹ ਵੀ ਬਹੁਤ ਜ਼ਿਆਦਾ ਯੰਮੀ ਸੀਗਾ, ਨਾਲ ਆਈਸ ਕ੍ਰੀਮ ਜੀ ਸੀਗੀ, ਬਹੁਤ ਘੈਂਟ ਸੀ। ਜਿੱਦਾਂ ਐਕਸਪੈਕਟ ਕੀਤਾ ਸੀ ਕਿ ਵਧੀਆ ਰਿਹਾ ਸਾਰਾ ਕੁਝ, ਬਹੁਤ ਵਧੀਆ ਸੀ, ਹੈਨਾ, ਨਹੀਂ ਵੀ ਫੂਡ ਵੀ ਸਵਾਦ ਸੀ, ਫਨ ਬਹੁਤ ਵਧੀਆ ਸੀ, ਨਹੀਂ ਵਧੀਆ ਸੀ, ਫੂਡ ਬਹੁਤ ਵਧੀਆ ਸੀ, ਸਾਨੂੰ ਬਹੁਤ ਵਧੀਆ ਲੱਗਿਆ, ਤੇ ਸਰਵਿਸ ਬਹੁਤ ਜ਼ਿਆਦਾ ਵਧੀਆ ਸੀ ਗੋਰੀ ਦੀ, ਆਪਾਂ ਨੇਮ ਵੀ ਨਹੀਂ ਪੁੱਛਿਆ, ਹੈਨਾ, ਬਹੁਤ ਵਧੀਆ ਲੱਗਿਆ। ਚਲੋ ਐਨੀ ਹਾਓ ਗਾਇਸ, ਆਪਾਂ ਹੁਣ ਚੱਲੇ ਹਾਂ ਘਰੇ, ਅਮਾਨਤ ਨੇ ਚੱਕਰ ਫੁੱਲ ਰੱਜ ਗਏ, ਹੈਨਾ, ਹਾਂ ਰੱਜ ਬਹੁਤ ਹੈਗੇ, ਹੈਨਾ, ਮਿੱਠਾ ਵੀ ਸਵਾਦ ਸੀ, ਮਿੱਠਾ ਹਾਂ, ਜਿਹੜੇ ਐਂਡ ਤੇ ਅਸੀਂ ਡਿਜ਼ਰਟ ਖਾ ਕੇ ਆਰਡਰ ਕਰ ਦਿੱਤੀ, ਬਹੁਤ ਘੈਂਟ ਸੀ, ਆਪਾਂ ਮੈਨੂੰ ਲੱਗਦਾ ਕੁਝ ਛੱਡਿਆ ਹੀ ਨਹੀਂ, ਮੈਂ ਅੱਗੇ ਕਿਹਾ, ਮੈਂ ਕਿਹਾ ਜੇ ਸਾਨੂੰ ਕੋਈ ਪੁੱਛੂਗਾ ਵੀ ਤੁਸੀਂ ਕੀ ਖਾਧਾ, ਅਸੀਂ ਕਹਾਂਗੇ ਅਸੀਂ ਆਹ ਨਹੀਂ ਖਾਧਾ, ਬਾਕੀ ਅਸੀਂ ਸਾਰਾ ਕੁਝ ਖਾ ਲਿਆ, ਦੋ ਆਈਟਮਾਂ ਹੋਣੀਆਂ ਜਿਹੜੀਆਂ ਖਾਧੀਆਂ ਨਹੀਂ, ਆਪਾਂ ਡਰਦਿਆਂ ਨੇ ਕੀਤਾ, ਹਨਾ, ਵੀ ਆਹ ਵੀ ਕਰਕੇ ਆਹ ਵੀ ਕਰਕੇ ਦੇਖੀ, ਹਾਂ ਸਾਰਾ ਹੀ ਕਰ ਲਿਆ ਆਰਡਰ, ਹਾਂ, ਕੁਆਂਟੀਟੀ ਦੇ ਵਿੱਚ ਆਪਾਂ ਨੂੰ ਇਦਾਂ ਸੀ ਆਪਾਂ ਚਾਰ ਜਣੇ ਸੀ ਖਾ ਗਏ ਇਜ਼ੀ, ਉਹ ਅਨਐਕਸਪੈਕਟਡ ਖੋਲਤਾ। ਓਕੇ ਗਾਇਸ, ਸਾਡੇ ਜਾ ਕੇ ਮਿਲਦੇ ਆ, ਬਾਏ ਬਾਏ, ਚਲੋ ਵੀ ਚਲੋ, ਮਾਮੇ ਦੇ ਘਰੋਂ ਕਹਿੰਦੀ ਮੈਂ ਨੀ ਜਾਣਾ, ਹਾਂ ਕੀ ਕਰਦੇ ਸੀ ਤੁਸੀਂ, ਕੀ ਕਰਦੇ ਸੀ, ਸ਼ਾਹ ਜੀ ਲੱਗਿਆ ਹੋਇਆ ਸੀ, ਹੁਣ ਇਹ ਮਾਮੇ ਉਹ ਦੇਖੀ ਕੀ ਕਰੀ ਜਾਂਦਾ, ਇਹ ਮਾਮੇ ਭੂਆ ਦੀ ਕੁੜੀਆਂ ਕਹਿੰਦੀਆਂ ਹੁਣ ਜਾਣਾ ਨੀ, ਕਿਹੜੀ ਸੀ, ਚਲ ਠੀਕ ਆ, ਮਾਨਤ ਨੇ ਬਣਾਇਆ ਦੇ, ਇਹ ਕਹੀ ਜਾਂਦੇ ਸੀ ਕਦੋਂ ਵੀ ਮੈਂ ਤੇ ਮਾਨਤ ਕੱਲ ਬਾਹਰ ਮਾਨ ਨੂੰ ਖਾ ਕੇ ਆਣ ਲੱਗੀ, ਹਾਂ ਫੇ ਕੱਲ ਨਾ ਪਾਉਣੀ, ਕਹਿੰਦੇ ਜਾਓ ਨਾ ਭੂਆ ਜੀ, ਜਾਓ ਨਾ, ਜਾਓ ਨਾ, ਐ ਕਰਦੀ ਹੈ, ਕੱਲ ਨਾ ਆਪਾਂ ਜਾਵਾਂਗੇ, ਇਹ ਤਾਂ ਰੋਜ਼ ਰੋਂਦੀ ਆ ਨਾ ਪਵਨ ਦੀ, ਤੁਹਾਨੂੰ ਨਹੀਂ ਭੇਜ ਕੇ ਰਾਜੀ, ਕੱਲ ਨਾ ਜਾਵਾਂਗੇ ਆਪਾਂ, ਬੰਦਾ ਆਪਾਂ ਸਵੇਰੇ ਸਵੇਰੇ ਉਹ ਸਵੇਰੇ ਟੈਂਪਲੇਟ ਫਿੱਟ ਕਰਨੀ ਆ ਆਪਾਂ, ਟੈਂਪਲੇਟ ਫਿੱਟ ਕਰੇ ਨਾਲੇ ਮਾਰ ਦੀ ਟੀਚਰ ਨੇ ਹੈ ਹੀ ਕੰਮ ਕੁੱਟਣਾ ਉਹਨੂੰ, ਸਵੇਰੇ ਜੇ ਨਾ ਉੱਠੀ ਮਾਰ, ਹਾਂ
ਫਿਰ ਟੈਂਪਲ ਫਿੱਟ ਕਰਾਂਗੇ, ਜੰਪ ਲਾਵਾਂਗੇ, ਜੰਪ ਪਿੰਕੀ ਪ੍ਰੋਮਿਸ, ਪਿੰਕੀ ਪ੍ਰੋਮਿਸ ਛੱਡਣ ਚੱਲਿਆ ਨੇ ਇਹਨਾਂ ਨੂੰ ਕੀ ਜਾਵੇ ਨਾ ਸਾਡੇ ਕੋਲ ਦੀ ਰਹੇ ਤੇ ਐਂ ਬਹੁਤ ਸਾਡੇ ਕਰਨ ਲੱਗ ਗਏ ਸੀਗੇ ਠੀਕ ਆ ਹੁਣ ਪੂਰਾ ਰੋਈ ਜਾਂਦੇ ਉਹਨੂੰ ਮੈਂ ਚੁੱਪ ਕਰਾ ਲਾ ਗਾਇਸ ਘਰੇ ਆ ਕੇ ਨਾ ਮੈਨੂੰ ਇੱਕ ਕੰਮ ਸੀਗਾ ਆਪਾਂ ਨੂੰ ਸ਼ੀਨ ਵਾਲਿਆਂ ਨੇ ਭੇਜੇ ਸੀਗੇ ਸੋਫਾ ਕਵਰ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਮੰਮੀ ਹੋਰਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਤੁਸੀਂ ਜਦੋਂ ਆਰਡਰ ਕਰੋਗੇ ਨਾ ਤੁਹਾਨੂੰ ਵੀ ਬਹੁਤ ਵਧੀਆ ਲੱਗੂਗੀ ਮੈਂ ਆਈਟਮ ਕੋਡ ਮੈਨਸ਼ਨ ਕਰ ਦੂੰਗੀ ਅਤੇ ਡੈਡੀ ਜੀ ਇੱਧਰ ਹੀ ਵਿਛਾ ਦਿਓ ਫਿਰ ਇੱਕ ਇੱਕ ਇਕੱਲਾ ਹਾਂ ਟਰਾਈ ਮਾਰ ਕੇ ਦੇਖ ਲਓ ਉੱਦਾਂ ਉਹ ਸਾਡੇ ਤੋਂ ਮੇਰੇ ਤੋਂ ਹੀ ਗਲਤੀ ਨਾਲ ਗਾਇਸ ਇੱਕ ਆਰਡਰ ਕੀਤਾ ਗਿਆ ਇਹ ਦੋ ਆਰਡਰ ਕਰਨੇ ਸੀਗੇ ਮੈਂ ਗਲਤੀ ਕਰਤੀ ਵੈਸੇ ਸੋਹਣਾ ਬਹੁਤ ਲੱਗਦਾ ਹੁਣ ਇੱਕ ਪਾਸੇ ਨੂੰ ਹੋ ਗਿਆ ਡੈਡੀ ਜੀ ਹੁੰਦੀ ਤਾਂ ਊਂ ਪਿਛਲੇ ਪਾਸੇ ਆਏ ਨੀ ਸੋਹਣੀ ਲੱਗਦੀ ਆ ਪਰ ਊਂ ਦੂਜੇ ਪਾਸੇ ਹੋਣੀ ਚਾਹੀਦੀ ਸੋਫਾ ਐਂ ਸੋਹਣਾ ਬਹੁਤ ਲੱਗਦਾ ਪਰ ਜਿਹੜੇ ਉਹਨਾਂ ਦੇ ਸੀਗੇ ਉਹ ਬੈਕ ਤੇ ਵੀ ਕਵਰ ਸੀਗਾ ਇਹ ਹੁਣ ਆਹ ਸੋਫਾ ਵਿਚਾਰਾ ਰਹਿ ਗਿਆ ਇਕੱਲਾ ਹੀ ਪਰ ਸੋਹਣੇ ਵੀ ਲੱਗਦੇ ਇਹਦੇ ਨਾਲ ਦੂਜਾ ਕਿੱਥੇ ਹੋਰ ਉੱਥੇ ਸਿੱਟੇ ਆ ਇੱਕ ਦੀ ਕਿੱਥੇ ਡੇਗ ਗਿਆ ਆ ਥੱਲੇ ਆ ਗੱਦੀ ਦੇ ਥੱਲੇ ਪਿਆ ਇਹ ਉਂ ਤਾਂ ਕਵਰ ਆਏ ਸੀਗਾ ਪੂਰਾ ਆਰਮ ਰੈਸਟ ਵਗੈਰਾ ਸਾਰਾ ਕੁਝ ਇੱਕ ਸਾਫ ਇੱਕ ਆਪਣਾ ਨਾ ਦੇਖੀ ਆਏ ਸੀ ਜੇ ਆਈ ਇੱਕ ਹੋਰ ਆ ਗਿਆ ਨਾ ਪਾਰਸਲ ਮੇਰਾ ਇੱਕ ਹੋਰ ਆ ਗਿਆ ਪਾਰਸਲ ਫੇਰ ਬਣ ਜੂ ਗੱਲ ਗਾਇਸ ਸ਼ਨੈਲ ਬਹੁਤ ਜ਼ਿਆਦਾ ਮੈਸੀ ਕਰਦੀ ਸੀਗੀ ਇੰਨੇ ਮਹਿੰਗੇ ਸਾਡੇ ਸੋਫੇ ਆ ਸਾਰੇ ਖਰਾਬ ਕਰ ਦੇਣੇ ਸੀ ਕਸਟਮ ਸੋਫੇ ਆਪਣੇ ਹਾਂਜੀ ਤੈਨੂੰ ਨਾ ਓਏ ਮੰਗਾਉਣੇ ਪੈਣੇ ਆਏ ਸੈੱਟ ਆਉਣਾ ਆਏ ਸੈੱਟ ਆਉਣਾ ਹੁਣ ਮੈਨੂੰ ਕੀ ਕੀ ਰਹਿ ਗਿਆ ਮੰਗਾਉਣ ਵਾਲਾ ਨਹੀਂ ਬਸ ਜਿਹੜੇ ਸੀ ਹੁਣ ਆਰਮ ਰੈਸਟ ਕਵਰ ਰਹਿ ਗਿਆ ਤੇ ਬੈਕ ਵਾਲਾ ਰਹਿ ਗਿਆ ਆਪਣਾ ਆਹ ਦੋ ਦੋ ਆ ਸੇਮ ਸਾਰੇ ਅੱਛਾ ਸੋ ਗਾਇਸ ਤੁਸੀਂ ਓਵਰਆਲ ਲੁੱਕ ਦੇਖ ਸਕਦੇ ਹੋ ਬਹੁਤ ਪਿਆਰੇ ਲੱਗ ਰਿਹਾ ਬਾਕੀ ਤੁਸੀਂ ਆਪਣੇ ਰਿਵਿਊਜ਼ ਜ਼ਰੂਰ ਸ਼ੇਅਰ ਕਰਿਓ ਬੱਚਿਆਂ ਵਾਲੇ ਘਰੇ ਥੋੜ੍ਹੇ ਜਿਹੇ ਗੰਦੇ ਹੋ ਜਾਂਦੇ ਆ ਸੋ ਇਸ ਲਈ ਮੈਂ ਇਹ ਵਾਲੀ ਚੀਜ਼ ਆਰਡਰ ਕਰ ਲਈ ਸੀ ਮੈਨੂੰ ਪਰਸਨਲੀ ਬਹੁਤ ਸੋਹਣੇ ਲੱਗੇ ਥੋੜ੍ਹੀ ਗਲਤੀ ਹੋ ਗਈ ਮੇਰੇ ਤੋਂ ਪਿਛਲੇ ਪੀਸ ਘੱਟ ਆਰਡਰ ਹੋਏ
ਤੇ ਫਿਰ ਵੀ ਆਪਾਂ ਜੁਗਾੜ ਲਾ ਲਿਆ, ਹੁਣ ਹੋਰ ਕੋਈ ਸੈੱਟ ਮੰਗਵਾਵਾਂਗੇ। ਹੁਣ ਫਾਈਨਲੀ ਮੈਂ ਬਾਏ ਕਰਨ ਲੱਗੀ ਹਾਂ, ਤੁਹਾਨੂੰ ਪਤਾ ਹੀ ਹੈ ਫਿਰ ਮੈਂ ਗੱਲਾਂ ਹੋਰ ਲੱਗ ਜਾਣਾ, ਹੁਣ ਇੰਨੀ ਰਾਤ ਹੋ ਗਈ ਹੈ, ਲੇਟ ਹੋ ਗਿਆ ਕਾਫੀ। ਤੇ ਹੁਣ ਆਪਾਂ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ, ਹਾਲੇ ਮੇਕਅਪ ਵਗੈਰਾ ਵੀ ਉਤਾਰਨਾ ਆ ਸਾਰਾ ਕੁਛ, ਠੀਕ ਆ। ਤੇ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਲੱਗਿਆ ਜ਼ਰੂਰ ਕਮੈਂਟ ਕਰਕੇ ਦੱਸਿਓ। ਬਾਏ। ਉਹ ਲਾਈਟਸ ਫੇਰ ਚਲਾਤੀਆਂ ਸੀ, ਸਾਰੀਆਂ ਲਾਈਟਸ ਆਫ ਕਰਕੇ ਜਾਣੀ ਜ਼ਮੀਨ, ਇਤਲਾ ਵੀ ਡੋਰ ਗਰਾਜ ਵਾਲਾ ਨਹੀਂ ਹੁੰਦਾ ਵੀ ਦੇਖ ਕੇ ਜਾਵਾਂ। ਆਪਾਂ ਨੂੰ ਹੁੰਦਾ ਨਹੀਂ ਕਿ ਵਾਰੀ 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 ਸਾਰੇ ਲੋਕ ਲੁੱਕ ਦੇਖ ਲਓ, ਸੋ ਇੱਦਾਂ। ਆਹ ਮੈਂ ਹੂਲਾ ਹੂਪ ਵੀ ਲਈ ਸੀਗੀ ਇੱਕ। ਚਲੋ ਵੀ ਸਾਰੀਆਂ ਲਾਈਟਸ ਆਫ ਕਰ ਦੇ ਰੂਮ ਵਿੱਚ, ਅੱਛੀ ਨਾਲ ਦਾ ਟੋਏ ਰੂਮ ਆ। ਚਲੋ ਇਹ ਗੱਲ ਇਹ ਗਾਇਜ਼, ਅਸੀਂ ਆਪਦੇ ਗੱਲਾਂ ਕਰੀ ਜਾਂਦੇ ਸੀ, ਇਸ ਲਈ ਮੇਰੇ ਤੋਂ ਹੇ ਗਾਇਜ਼ ਗੁੱਡ ਮਾਰਨਿੰਗ ਨਹੀਂ ਹੋਇਆ। ਸੋ ਇਹ ਹੈਗੀ ਜੀ ਆਪਣੀ ਅੱਜ ਦੀ ਆਊਟਫਿਟ। ਅੱਜ ਮੈਂ ਕਿੰਨਾ ਦਿਨ ਆ, ਡੇ ਨੰਬਰ 3। ਸੋ ਅੱਜ ਹੈਗਾ ਡੇ ਨੰਬਰ 3 ਅਤੇ ਬਾਹਰ ਇੰਨੀ ਜ਼ਿਆਦਾ ਸਨੋਅ ਪੈ ਗਈ ਆ। ਅਤੇ ਆਹ ਹੈਗੀ ਜੀ ਆਪਣੀ ਅੱਜ ਦੀ ਆਊਟਫਿਟ। ਆਪਾਂ ਰੋਜ਼ ਮਤਲਬ ਕਿ ਪੂਰੇ ਪ੍ਰੋਫੈਸ਼ਨਲ ਬਣ ਕੇ ਜਾਈਦਾ ਹੁੰਦਾ। ਹਾਂ ਮੰਮੀ, ਬਸ ਮੈਂ ਜਾਂਦੀ ਹਾਂ, ਜਿਹੜੀ ਕਹਿੰਦੇ 5 ਮਿੰਟ ਗੱਡੀ ਵੀ ਸਟਾਰਟ ਕਰਦੀ ਜਿਹੜੀ। ਓਕੇ ਚਲ ਕੋਈ ਨਾ, ਪਿੱਕਾ ਸਟਾਰਟ ਆ, ਜਿਹੜੀ ਕਹਿੰਦਾ ਇਕੱਠੇ ਜਾਣਾ, ਨਾਲੇ ਮੈਂ ਇੱਧਰ ਨੂੰ ਜਾਣਾ ਉੱਧਰ ਨੂੰ ਜਾਣਾ, ਬਸ ਉੱਦਾਂ ਹੀ ਚਾਹ ਚੜਿਆ ਜਿਹੜੀ ਨੂੰ। ਅਤੇ ਮੈਂ ਜਿਹੜੀ ਜਗ੍ਹਾ ਮੈਂ ਕਿਹਾ ਮੈਂ ਪੂਰੀ ਉਹ ਬਣ ਕੇ ਚੱਲੀ ਹਾਂ ਤਿਆਰ ਸ਼ਿਆਰ, ਅਤੇ ਤਾਂ ਹੀ ਮੈਨੂੰ ਆਪਦਾ ਕੰਮ ਕਰਨਾ ਵਧੀਆ ਲੱਗਦਾ। ਜਿਹੜੀ ਕਹਿੰਦਾ ਮੁੱਕਰ ਗਈ, ਮੇਰੇ ਨਾਲ ਕੰਮ ਨਹੀਂ ਕਰਾਉਂਦੀ ਹੁਣ। ਅਤੇ ਆ ਜਿਹੜੀ ਤੁਹਾਨੂੰ ਸ਼ਕਲ ਦਿਖਾਉਂਦੀ ਹਾਂ, ਜਿਹੜੀ ਕੰਮ ਵਾਲੇ ਕੱਪੜਿਆਂ ਦੇ ਵਿੱਚ। ਇੱਕ ਨਾ ਸਟ੍ਰਾਬੇਰੀਆਂ ਦਾ ਬੜਾ ਪੰਗਾ ਹਨਾ ਮੰਮੀ, ਲਿਆਉਂਦੇ ਹਾਂ ਨਵੀਆਂ, ਖਰਾਬ ਵਾਲੀ ਛੇਤੀ ਹੋ ਜਾਂਦੀ, ਆਪਣਾ ਪਤਾ ਨਹੀਂ ਲੱਗਿਆ ਡੱਬਾ ਬੰਦ ਹੀ ਰੱਖਿਆ ਹਨਾ। ਅੱਜ ਤੁਹਾਨੂੰ ਦੱਸਿਆ ਨਾ ਵੀ ਸਨੋਅ ਪੈ ਗਈ ਅਤੇ ਇੱਥੇ ਕੋਈ ਐਕਸੀਡੈਂਟ ਹੋ ਗਿਆ, ਕਿਉਂਕਿ ਬੰਦੇ ਨਾ ਯੂਸ ਟੂ ਨਹੀਂ ਹੁੰਦੇ, ਪ੍ਰਪੇਅਰ ਨਹੀਂ ਹੁੰਦੇ ਵੀ ਅੱਜ ਸਨੋਅ ਪੈਣੀ ਆ, ਅਤੇ ਫਿਰ ਐਕਸੀਡੈਂਟ ਬਹੁਤ ਹੁੰਦੇ ਨੇ ਗਾਇਸ, ਧਿਆਨ ਨਾਲ ਹੀ ਚਲਾਉਣੀ ਚਾਹੀਦੀ ਹੈ ਗੱਡੀ, ਹੁਣ ਇੰਨਾ ਟ੍ਰੈਫਿਕ ਲੱਗ ਗਿਆ। ਮੇਰੀ ਕਲਾਸ ਵੀ ਹੋ ਗਈ ਸੀ ਸਟਾਰਟ, ਅਤੇ ਅੱਜ ਅਸੀਂ ਕਰਨ ਲੱਗੇ ਹਾਂ ਕੰਮ ਫਸਟ ਮਾਡਲ 'ਤੇ। ਪਹਿਲਾਂ ਆਪਾਂ ਕਰਾਂਗੇ ਮੈਪਿੰਗ, ਹਮੇਸ਼ਾ ਮੈਪਿੰਗ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਸ਼ੇਪ ਹੀ ਵਧੀਆ ਨਹੀਂ ਬਣੀ ਤਾਂ ਤੁਹਾਡੇ ਬਰੋਸ ਕਿਸੇ ਕੰਮ ਦੀਆਂ ਨਹੀਂ ਹੋਣੀਆਂ। ਅਤੇ ਫਿਰ ਆਪਾਂ ਅੱਜ ਜਿਹੜਾ ਟੈਕਨੀਕ ਯੂਜ਼ ਕਰਾਂਗੇ ਉਹ ਹੋਊਗੀ ਨੈਨੋ ਟੈਕਨੀਕ, ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਫਲਫੀ ਆਈਬ੍ਰੋਜ਼ ਚਾਹੀਦੇ ਸੀ ਗਾਇਸ। ਤੁਸੀਂ ਮੇਰਾ ਕੰਮ ਦੇਖਿਓ ਇੰਸਟਾਗ੍ਰਾਮ 'ਤੇ, ਮੈਂ ਬਹੁਤ ਸਾਰੀਆਂ ਫੋਟੋਜ਼ ਸ਼ੇਅਰ ਕੀਤੀਆਂ ਨੇ, ਸੋ ਤੁਹਾਨੂੰ ਪਸੰਦ ਆਊਗਾ। ਅਗਰ ਤੁਹਾਨੂੰ ਵਧੀਆ ਲੱਗਿਆ ਤੁਸੀਂ ਐਡਮਿੰਟਨ ਦੇ ਵਿੱਚ ਹੈਗੇ ਦੈਨ ਤੁਸੀਂ ਬੁੱਕ ਕਰ ਸਕਦੇ ਹੋ। ਇਹ ਆਈਬ੍ਰੋਜ਼ ਪਰਮਾਨੈਂਟ ਹੁੰਦੀਆਂ ਨੇ, ਸੋ ਤੁਹਾਨੂੰ ਕੋਈ ਪੈਨਸਲ ਵਗੈਰਾ ਲਗਾਉਣ ਦੀ ਲੋੜ ਨਹੀਂ ਹੈਗੀ। ਸੋ ਇਹ ਹੋ ਗਈ ਜੀ ਓਵਰਆਲ ਲੁੱਕ ਫਸਟ ਆਪਣੇ ਮਾਡਲ ਦੀ। ਅਤੇ ਇਸ ਤੋਂ ਬਾਅਦ ਮੈਨੂੰ ਹੋ ਗਈ ਸੀ ਬ੍ਰੇਕ, ਮੰਮੀ ਨੇ ਮੈਨੂੰ ਪਾਈਆਂ ਸੀ ਰੋਟੀਆਂ, ਅਚਾਰ, ਦਾਲ, ਦਹੀਂ ਅੱਜ ਮੈਂ ਲੈ ਕੇ ਨਹੀਂ ਆਈ, ਅਤੇ ਇੱਥੇ ਮੈਂ ਮਾਈਕਰੋ ਦੇ ਵਿੱਚ ਗਰਮ ਕਰ ਲਈ ਸੀ ਦਾਲ, ਪਰ ਮੈਨੂੰ ਠੰਡੀ ਰੋਟੀ ਬਹੁਤ ਘੱਟ ਪਸੰਦ ਆ। ਇਸ ਬਾਅਦ ਕਲਾਸ ਹੈਗੀ ਆ, ਸਾਰੇ ਜਣੇ ਬ੍ਰੇਕ 'ਤੇ ਗਏ ਹੋਏ ਆ। ਇਸ ਤੋਂ ਬਾਅਦ ਹੈਗੀ ਆ ਸਾਡੇ ਕੋਲ ਸੈਕਿੰਡ ਮਾਡਲ, ਅਸੀਂ ਤਾਂ ਵਿੱਚ ਬ੍ਰੇਕ ਕਰਦੇ ਹੁੰਦੇ ਕਿਉਂਕਿ ਟਾਇਰਡ ਹੋ ਜਾਂਦੇ ਹਾਂ। ਇਹ ਹੈਗੇ ਜੀ ਨੈਨੋ ਟੈਕਨੀਕ, ਇਹਦੇ ਵਿੱਚ ਆਪਾਂ ਹੇਅਰ ਸਟ੍ਰੋਕਸ ਐਡ ਕਰ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਪੈਨਸਲ ਦੇ ਨਾਲ ਪਹਿਲਾਂ ਆਪਾਂ ਬਣਾਵਾਂਗੇ, ਦੈਨ ਫਿਰ ਇਹਦੇ ਉੱਪਰ ਆਪਾਂ ਮਸ਼ੀਨ ਚਲਾਵਾਂਗੇ, ਬਹੁਤ ਜ਼ਿਆਦਾ ਨੈਚੁਰਲ ਲੱਗਦੀ ਹੁੰਦੀ ਆ। ਅਤੇ ਇਹ ਜਿਹੜੇ ਮਾਡਲਾਂ ਨੇ ਬਹੁਤ ਨਾਈਸ, ਇਹਨਾਂ ਨੇ ਸ਼ਨੈਲ ਦੇ ਲਈ ਮੈਨੂੰ ਇੱਕ ਸੋਹਣਾ ਜਿਹਾ ਗਿਫਟ ਵੀ ਭੇਜਿਆ, ਉਹ ਮੈਂ ਤੁਹਾਨੂੰ ਦਿਖਾਊਂਗੀ। ਇਹਨਾਂ ਨੇ ਚੋਕਲੇਟ ਬਣਾ ਕੇ ਸ਼ਨੈਲ ਨੂੰ ਦਿੱਤੇ ਸੀਗੇ, ਬੈਲਜੀਅਮ ਤੋਂ ਇਹ ਲੈ ਕੇ ਆਉਂਦੇ ਚੋਕਲੇਟ, ਬਹੁਤ ਜ਼ਿਆਦਾ ਵਧੀਆ ਬਾਕਸ ਹੈਗਾ, ਉਹ ਮੈਂ ਤੁਹਾਨੂੰ ਦਿਖਾਉਂਦੀ ਹਾਂ। ਦਿਖਾ ਦਿਓ ਮੰਮੀ, ਨੇੜੇ ਦਿਖਾਓ ਸਾਰਿਆਂ ਨੂੰ। ਗਾਇਸ ਤੁਸੀਂ ਦੱਸੋ ਕੀ ਚੀਜ਼ ਆ, ਨਾਲੇ ਪਰਸ ਆ ਕਿ ਚਾਕਲੇਟ ਆ ਕਿ ਕੀ ਆ? ਚਾਕਲੇਟ। ਚਾਕਲੇਟ ਵਾਲਾ ਪਰਸ ਬਣਾ ਕੇ ਦਿੱਤਾ ਹੈ ਮੇਰੇ ਜਿਹਨਾਂ ਤੋਂ ਮੈਂ ਕੋਰਸ ਸਿੱਖਦੀ ਹਾਂ, ਸੋ ਉਹਨਾਂ ਨੇ ਬਣਾ ਕੇ ਦਿੱਤਾ। ਲਿਪਸ ਬਣਾਏ ਹੋਏ ਨੇ, ਇਹ ਸਾਰਾ ਚਾਕਲੇਟ ਆ, ਖਾ ਜਾਂਗੇ ਇਹਨੂੰ, ਬਾਹਲਾ ਟੇਸਟੀ ਆ। ਅਤੇ ਇਸ ਨਾਲ ਲਿਪਸਟਿਕ, ਕੈਂਟ ਕਿੰਨਾ ਵਧੀਆ ਨਾ ਗਾਇਸ, ਸਾਰਾ ਕੁਛ ਦੇਖੋ ਉਹਨਾਂ ਨੇ ਬਣਾਇਆ। ਤੁਸੀਂ ਇਹਨਾਂ ਮੈਂ ਪੇਜ ਮੈਨਸ਼ਨ ਕਰ ਦੂੰਗੇ, ਅਗਰ ਤੁਸੀਂ ਐਡਮਿੰਟਨ ਦੇ ਵਿੱਚ ਹੈਗੇ ਹੋ, ਇਹ ਸਾਰਾ ਕੁਛ ਬਣਾਉਣਗੇ ਤੁਹਾਡੇ ਲਈ। ਪਰਸਨੈਲ ਨੇ ਮੈਨੂੰ ਪਤਾ ਪਹਿਲਾਂ ਹੀ ਤੋੜ ਦੇਣਾ, ਇਹਨੇ ਜਮਾਂ ਨਹੀਂ ਇਹਦੀ ਕੇਅਰ ਕਰਨੀ। ਖਾ ਲਵਾਂ ਇਹਨੂੰ,
ਆ ਚਾਕਲੇਟ ਦਾ ਪਰਸ ਬਣਾ ਕੇ ਦਿੱਤਾ ਸ਼ਨੈਲ ਦੇ ਲਈ, ਹੈਨਾ ਖਾਈਏ ਸ਼ਨੈਲ ਖਾ ਕੇ ਦੇਖੀ ਦੇਖ ਯੰਮੀ ਡੈਡੀ ਨੂੰ ਦਿਖਾ ਦੀ ਫਿਰ ਖਾ ਲਾਂਗੇ ਖਾ ਕੇ ਦੇਖੋ ਖਾ ਲੈ ਦਾਦੂ ਨੂੰ ਪੁੱਤ ਬਾਹਲਾ ਟੇਸਟੀ ਆ ਬੈਲਜੀਅਮ ਤੋਂ ਮੰਗਾਇਆ ਆਲ ਦੀ ਵੇ ਬੈਲਜੀਅਮ ਤੋਂ ਸਪੈਸ਼ਲ ਉਹਨਾਂ ਨੇ ਮੰਗਵਾਇਆ ਤੇ ਸ਼ਨੈਲ ਨੂੰ ਉਹ ਕਹਿੰਦੇ ਸ਼ਨੈਲ ਨੂੰ ਗਿਫਟ ਦੇਣਾ ਸਾਰਾ ਕੁਛ ਮੈਨੂੰ